ਔਜ਼ ਬਿੱਲਾਹ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾਹਿ ਰਹਿਮਾਨ ਰਹੀਮ। ਜਿਸ ਤਰ੍ਹਾਂ ਕਿ ਮੈਂ ਤੁਹਾਡਾ ਆਪਣਾ ਮੁਹੰਮਦ ਅਫਜ਼ਾਲ ਫੈਸਲਾਬਾਦ ਦਾ, ਮੇਰੇ ਯੂਟਿਊਬ ਚੈਨਲ ਦਾ ਨਾਮ ਮੁਹੰਮਦ ਅਫਜ਼ਾਲ 1725 ਰਾਜਾ ਪਾਕਿਸਤਾਨੀ। ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ। ਵਲੋਗ ਸ਼ੁਰੂ ਕਰਨ ਤੋਂ ਪਹਿਲੇ ਜਿਹੜੇ ਜਿਹੜੇ ਬੰਦੇ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਸਾਡਾ ਚੈਨਲ ਸਬਸਕ੍ਰਾਈਬ ਕਰ ਲਏ, ਲਾਈਕ ਕਰੇ, ਸਾਡੇ ਚੈਨਲ ਨੂੰ ਸ਼ੇਅਰ ਕਰੇ, ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਅੱਗੇ ਸ਼ੇਅਰ ਕਰੋ। ਠੀਕ ਹੈ, ਸਾਡੀ ਵੀਡੀਓ ਪੂਰੀ ਦੇਖਿਆ ਕਰੋ। ਅਤੇ ਬਾਕੀ ਅੱਗੇ ਜਿਹੜੀ ਆ ਉਹ ਤੁਹਾਨੂੰ ਮੀਆਂ ਖਾਲਿਦ ਸਾਹਿਬ ਜਿਹੜਾ ਵਾ ਉਹ ਦੱਸਣਗੇ ਕਿ ਕੀ ਕਰਨਾ। ਹਾਂਜੀ ਮੀਆਂ ਸਾਹਿਬ, ਸਾਡੀ ਚੈਨਲ ਚੱਲ ਰਿਹਾ ਵਾ ਫਜ਼ਾਲ 1725, ਮੁਹੰਮਦ ਅਫਜ਼ਾਲ 1725, ਮੁਹੰਮਦ ਫਜ਼ਾਲ 1725 ਰਾਜਾ ਪਾਕਿਸਤਾਨੀ। ਹਾਂਜੀ, ਸਾਡਾ ਚੈਨਲ ਅੱਛਾ ਲੱਗੇ ਇਹਨੂੰ ਲਾਇਕ ਕਰੋ, ਸਬਸਕ੍ਰਾਈਬ ਕਰੋ। ਹਾਂਜੀ ਹਾਂਜੀ ਹਾਂਜੀ, ਚਲੋ ਅੱਗੇ। ਤੋ ਇਨਸ਼ਾਅੱਲਾ ਤੁਹਾਡੀ ਜਿਹੜੀ ਵੀ ਗੱਲ ਕਰੋਗੇ ਸ਼ੇਅਰ ਕੀਤੀ ਜਾਏਗੀ, ਔਰ ਇਨਸ਼ਾਅੱਲਾ ਦੂਰ ਦੂਰ ਤੱਕ ਪਹੁੰਚਾਈ ਜਾਏਗੀ। ਠੀਕ ਹੋ ਗਿਆ ਜੀ, ਮੀਆਂ ਸਾਹਿਬ ਜੋ ਫਰਮਾ ਰਹੇ ਨੇ ਇਨਸ਼ਾਅੱਲਾ ਤਾਲਾ ਉਹਦੇ ਉੱਤੇ ਕੈਮਰਾ ਆਗੇ। ਹਾਂਜੀ, ਅਤੇ ਅੱਜ ਦਾ ਵਲੋਗ ਅੱਗੇ ਕਰਦੇ ਹਾਂ ਸ਼ੁਰੂ। ਅਤੇ ਹੁਣ ਅਸੀਂ ਜਾ ਰਹੇ ਹਾਂ, ਸਾਡਾ ਇੱਕ ਦੋਸਤ ਆ ਨਦੀਮ ਪੁੰਮਾ, ਅਸੀਂ ਜਾ ਰਹੇ ਹਾਂ ਉਹਦੇ ਕੋਲ, ਉੱਥੇ ਜਾ ਕੇ ਮਿਲਦੇ ਹਾਂ ਤੁਹਾਨੂੰ ਫਿਰ ਦੁਬਾਰਾ ਬ੍ਰੇਕ ਤੋਂ ਬਾਅਦ। ਦੱਸੋ ਜੀ ਕਦੋਂ ਮਿਲਦੇ ਆ ਜੀ? ਉਸ ਤੋਂ ਬਾਅਦ ਮਿਲਦੇ ਹਾਂ ਜੀ, ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਲਓ ਜੀ, ਅਸੀਂ ਜਾ ਰਹੇ ਹਾਂ ਹੁਣ ਨਦੀਮ ਉਰਫ ਪੁੰਮਾ ਭਾਈ ਜਾਨ ਕੋਲ। ਠੀਕ ਹੈ, ਲਾਹੂ ਜੀ, ਮੀਆਂ ਸਾਹਿਬ ਨਦੀਮ ਸਾਹਿਬ ਨੂੰ ਮਿਲਣ ਆ ਗਏ ਨੇ। ਨਦੀਮ ਸਾਹਿਬ ਅੱਗੋਂ ਜ਼ਰਾ ਕਿਤੇ ਨਿਕਲੇ ਨੇ ਅਤੇ ਖਾਨ ਸਾਹਿਬ ਉਹਨਾਂ ਨੇ ਇੱਥੇ ਮਾਸ਼ਾਅੱਲਾ ਅੱਗ ਬਾਲੀ ਹੈ ਅਤੇ ਮਜ਼ਾ ਆ ਰਿਹਾ ਅੱਗ ਦਾ। ਅੱਗ ਬਲ ਰਹੀ ਆ, ਅੱਗ ਸੇਕ ਲਈ ਹੈ। ਸ਼ੱਕਰ ਦਰਾ। ਹਾਂਜੀ, ਹੁਣ ਹੈ ਨਾਮ ਖਾਨ ਸਾਹਿਬ ਬੱਚਿਆਂ ਦੀ ਰੋਟੀ ਕਮਾਣੇ ਆਏ ਹੈ ਫੈਸਲਾਬਾਦ। ਅੱਛਾ, ਜੇ ਸ਼ੱਕਰ ਘਰ ਕਿਆ ਕਰਨੇ ਆਤੇ ਆ ਇੱਧਰ? ਅੱਛਾ, ਮਜ਼ਦੂਰੀ ਕਰਨੇ ਆਤੇ ਆ। ਨਦੀਮ ਸਾਹਿਬ ਸਾਨੂੰ ਟੱਕਰੇ ਨਹੀਂ ਹੈਗੇ, ਉਹ ਥੋੜਾ ਜਿਹਾ ਲੇਟ ਆ, ਅਸੀਂ ਨਾ ਹੁਣ ਘਰ ਨੂੰ ਜਾ ਰਹੇ ਹਾਂ। ਅਸੀਂ ਹੁਣ ਵਾਪਸ ਜਾ ਰਹੇ ਹਾਂ ਘਰ ਨੂੰ ਜੀ। ਠੀਕ ਹੈ, ਫਲਾਂ ਵਾਲੀਆਂ ਰੇਹੜੀਆਂ ਲੱਗੀਆਂ ਨੇ,
ਪਤਾ ਨਹੀਂ ਭਾਈ ਅਗਲਾ VIP ਗੋਲ ਗੱਪ ਸਰਦੀਆਂ 'ਚ ਵੀ ਮੀਆਂ ਲੋਕ ਗੋਲ ਗੱਪੇ ਖਾਂਦੇ ਨੇ ਸਰਦੀਆਂ 'ਚ ਵੀ ਮੈਂ ਮੀਆਂ ਗੋਲ ਗੱਪੇ ਖਾਂਦੇ ਨੇ ਲੋਕ ਹੀ ਇਮਤਿਆਜ਼ ਮੋਲ ਸਲਾਨ ਭਾਈ ਬੜੇ ਕੁੰਗੜ ਕੇ ਬੈਠੇ ਹੋ ਠੰਡ ਲੱਗਦੀ ਏ ਠੰਡ ਸਲਾਨ ਭਾਈ ਕੀ ਦੇਖ ਰਹੇ ਨੇ ਅਸਲਾਮ ਵਾਲੇਕਮ ਜੀ ਅੱਛਾ ਜੀ ਸਲਾਨ ਭਾਈ ਹੁਣ ਮੋਬਾਈਲ ਦੇ ਉੱਪਰ ਡਰਾਮਾ ਦੇ ਰਹੇ ਕੀ ਨਾਂ ਡਰਾਮੇ ਦਾ ਜੀ ਨਮਕ ਹਲਾਲ ਕਿਹੜਾ ਨਮਕ ਹਲਾਲ ਨਮਕ ਹਲਾਲ ਡਰਾਮਾ ਦੇਖ ਰਹੇ ਨੇ ਜੀ ਮੀਆਂ ਸਾਹਿਬ ਕੀ ਹਾਲ ਨੇ ਨਦੀਮ ਪੋਮਾ ਸਾਹਿਬ ਕੋ ਆਏ ਜੇ ਕਾਹਦਾ ਜ਼ਲੀਲ ਕਰਾਇਆ ਤੁਹਾਨੂੰ ਅਸੀਂ ਟਾਈਮ ਦੱਸ ਦਿੰਦੇ ਹਾਂ ਜੀ ਟਾਈਮ ਕੀ ਹੋ ਗਿਆ ਟਾਈਮ 8:45 ਹੋ ਚੁੱਕੇ ਆ ਅੱਛਾ ਅਸੀਂ 5 ਵਜੇ ਦੇ ਹਲਵੇ ਨੂੰ ਖੜਕਾਉਣ ਗਏ ਕਿਹੜਾ ਹਲਵਾ ਖੜਕਾਉਣ ਗਏ ਜੇ ਤੁਸੀਂ ਜਨਾਬ ਜਨਾਬ ਅਸੀਂ ਹਲਵਾ ਵੀ ਨਹੀਂ ਲੱਭਾ ਨਦੀਮ ਸਾਹਿਬ ਨਹੀਂ ਟੱਕਰੇ ਹੁਣ ਕੀ ਕਰ ਸਕਦੇ ਆਪਾਂ ਜਦੋਂ ਇੱਕ ਬੰਦਾ ਨਹੀਂ ਟੱਕਰਿਆ ਉਹ ਟੱਕਰ ਜਾਂਦਾ ਤੇ ਹਲਵਾ ਉਹਨੇ ਤੈਨੂੰ ਖਵਾ ਹੀ ਦੇਣਾ ਸੀਗਾ ਯਾਰ ਨਦੀਮ ਸਾਹਿਬ ਬੰਦਾ ਮਾੜਾ ਤੇ ਨਹੀਂ ਹੈਗਾ ਦਸਤਾਨੇ ਕਿੰਨੇ ਦੇ ਲਏ ਜੇ ਕਿੰਨੇ ਦੇ ਠੰਡ ਬੜੀ ਲੱਗਦੀ ਹੈ ਨਾ ਕੀ 17:25 ਰਾਜਾ ਪਾਕਿਸਤਾਨ ਹਾਂਜੀ ਚੈਨਲ ਜਿਹੜਾ ਵਾ ਵੱਖਰੇ ਵੱਖਰੇ ਰੇਟ ਆ ਪੁੱਛੋ ਭਾਈ ਉਹਨਾਂ ਨੂੰ ਕੀ ਰੇਟ ਆ ਕਿੰਨੇ ਤੋਂ ਸ਼ੁਰੂ ਹੁੰਦੀ ਮੀਆਂ ਸਾਹਿਬ 1500 ਤੋਂ ਕਿੰਨੇ ਤੱਕ ਜਾਂਦੀ ਆ 2000 ਦੀਆਂ ਸ਼ਰਟਾਂ ਨੇ ਸਰਕਾਰ ਉਹਨਾਂ ਦੇ ਕੋਲ ਲੋਕਲ ਸ਼ਰਟ ਨਹੀਂ ਕੋਈ ਹੈਗੀ ਹਾਂਜੀ ਦਸਤਾਨੇ ਲੈ ਲਓ ਆਪਣੇ 20 ਰੁਪਈਆਂ ਦੇ ਲਏ ਨੇ ਭੁੱਲ ਨਾ ਜਾਇਓ ਕਿਤੇ ਸਾਡਾ ਇੱਕ ਦੋਸਤ ਆ ਜੀ ਮਲਕ ਜਾਫਰ ਸਾਹਿਬ ਉਹਨਾਂ ਦਾ ਦਫ਼ਤਰ ਆ ਪ੍ਰਾਪਰਟੀ ਦਾ ਉਹਨੇ ਸਾਨੂੰ ਇਹਨਾਂ ਨਾਲ ਮਿਲਾਉਂਦੇ ਹਾਂ ਅਸਲਾਮ ਵਾਲੇਕੁਮ ਮਲਕ ਸਾਹਿਬ ਵਾਲੇਕੁਮ ਅਸਲਾਮ ਸਾਹਿਬ ਕੀ ਹਾਲ ਹੈ ਠੀਕ ਹੈ ਮਲਕ ਸਾਹਿਬ ਤੁਸੀਂ ਸੁਣਾਓ
ਬੜੇ ਦੇਰ ਬਾਅਦ ਲੱਭੇ ਹੋ ਇੱਥੇ ਦੁਕਾਨ ਦੇ ਉੱਤੇ। ਮਾਸ਼ਾਅੱਲਾ ਜੀ ਮਾਸ਼ਾਅੱਲਾ ਦਿਖਾਇਓ ਜੀ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਮਲ ਸਾਹਿਬ ਤੁਸੀਂ ਤਾਂ ਵਾਹਵਾ ਅੰਦਰ ਨਿੱਘ ਕੀਤਾ ਹੈ। ਬਸ ਜੀ ਤੁਹਾਡੀਆਂ ਭਰਾਵਾਂ ਦੀਆਂ ਦੁਆਵਾਂ ਦੇ ਨਾਲ ਨੇ, ਠੀਕ ਹੈ। ਇਹ ਰਾਣਾ ਸਾਹਿਬ ਆਕਬ ਸਾਹਿਬ ਆ ਜੀ, ਅਲੀ ਦਾ ਦੱਸ ਥੋੜ੍ਹੀ ਸੱਚ ਹੈ। ਮਾਸ਼ਾਅੱਲਾ ਜੀ ਆਫਿਸ ਹੈਗਾ ਵਾ ਮਤਲਬ ਜਾਫਰ ਸਾਹਿਬ ਦਾ, ਇਹ ਪ੍ਰਾਪਰਟੀ ਦੇ ਬਾਰੇ ਵਿੱਚ। ਅਤੇ ਇਹ ਪਿੱਛੇ ਹੈਗੇ ਨੇ ਰਾਣਾ ਫਹੀਮ ਸਫਦਰ ਖਾਨ ਸਾਹਿਬ ਅਤੇ ਰਾਣਾ ਅਬੂ ਬਕਰ ਸਾਹਿਬ ਐਡਵੋਕੇਟ, ਇਹ ਵਕੀਲ ਹੈਗੇ ਨੇ। ਇਹ ਇਹਨਾਂ ਦੀ ਫਲੈਕਸ ਹੈਗੀ ਹੈ ਰੀਅਲ ਸਟੇਟ ਦਾ ਜਿਹੜਾ ਕੰਮ ਕਰਦੇ ਨੇ, ਰਾਜਪੂਤ ਲਾ ਐਸੋਸੀਏਟਸ ਐਂਡ ਸਟੇਟ ਏਜੰਸੀ, ਹਰ ਤਰ੍ਹਾਂ ਦੀ ਖਰੀਦੋ ਫਰੋਖਤ ਪ੍ਰਾਪਰਟੀ ਦਾ ਕੰਮ ਕਰਦੇ ਨੇ। ਇਹ ਰਾਣਾ ਅਲੀ ਦਾ ਸਾਹਿਬ ਨੇ ਅਤੇ ਇਹ ਮਲਕ ਜਾਫਰ ਸਾਹਿਬ ਨੇ, ਉਸਤਾਦ ਸ਼ਗਿਰਦ ਨੇ ਜੀ। ਹੋਰ ਮਲਕ ਸਾਹਿਬ? ਅੱਛਾ ਜੀ, ਅਸਲਾਮ ਵਾਲੇਕੁਮ ਮਲਕ ਸਾਹਿਬ, ਕੀ ਹਾਲ ਚਾਲ ਨੇ? ਠੀਕ ਹੋ? ਉਹ ਵਾਹ ਜੀ ਵਾਹ ਭਾਈ, ਹੁਣ ਬਰਗਰ ਲੈ ਕੇ ਆਏ ਨੇ ਜੀ। ਮਲਕ ਸਾਹਿਬ ਯਾਰ ਆਹ ਬੜਾ ਕਮਾਲ ਤੁਸੀਂ ਰੱਖਿਆ ਮਾਸ਼ਾਅੱਲਾ ਜੀ। ਹੋਰ ਮਲਕ ਸਾਹਿਬ ਸਭ ਠੀਕ ਹੈ? ਮੈਂ ਕੱਲ੍ਹ ਵੀ ਆਇਆ ਤੁਸੀਂ ਟੱਕਰੇ ਹੀ ਨਹੀਂ। ਨਹੀਂ ਬਰਗਰ ਤੁਸੀਂ ਖਾਣਾ ਜਨਾਬ, ਮੈਂ ਖਾਣਾ ਖਾਣਾ ਜਾ ਕੇ। ਮੈਂ ਕੱਲ੍ਹ ਨਾ ਇੱਕ ਮੇਰਾ ਕੰਮ ਥਾ ਪਿਆਨਾ ਕਰਵਾਉਣਾ ਥਾ ਇੱਕ ਜਗ੍ਹਾ ਪੇ ਆਪਣੇ ਪ੍ਰਾਪਰਟੀ ਕਾ। ਅੱਛਾ ਜੀ, ਉਸੇ ਸਿਸਟਮ ਨਾਲ ਇੱਕ ਜਗ੍ਹਾ ਪੇ ਮਸਰੂਫ ਹੋ ਗਏ ਜਨਾਬ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਕੰਮ ਠੀਕ ਜਾ ਰਿਹਾ ਨਾ? ਆਪ ਕੰਮ ਚੈਨਲ ਦੇਖਤੇ ਹੈ, ਬੜਾ ਮਜ਼ਾ ਆਤਾ ਹੈ, ਬਹੁਤ ਪਿਆਰੀ। ਅੱਗੇ ਵੀ ਸੈਂਡ ਕਰਿਆ ਕਰੋ, ਚੈਨਲ ਸਬਸਕ੍ਰਾਈਬ ਵੀ ਕੀਤਾ ਮੈਂ ਕਿਹਾ ਵਾ। ਮਾਸ਼ਾਅੱਲਾ ਜੀ ਭਾਈ, ਹੁਣ ਬਰਗਰ ਲੈ ਕੇ ਆਏ ਨੇ ਜੀ। ਇਹਨਾਂ ਦੀ ਬਰਗਰਾਂ ਦੀ ਦੁਕਾਨ ਆ ਭਾਈ ਹੁਣਾਂ ਦੀ? ਟਿਕਟੋਕ ਪਰ ਟਿਕਟੋਕ ਪੀਜ਼ਾ ਹਾਟ ਦੇ ਹੁੰਦੇ ਨੇ ਭਾਈ ਹੁਣ। ਮਾਸ਼ਾਅੱਲਾ ਜੀ, ਨਹੀਂ ਨਹੀਂ ਤੁਸੀਂ ਖਾਣਾ ਵਾ। ਹਾਂਜੀ ਮਲਕ ਸਾਹਿਬ, ਮਾਸ਼ਾਅੱਲਾ ਦਫ਼ਤਰ ਤੇ ਤੁਸੀਂ ਪਿਆਰਾ ਬਣਾਇਆ, ਤੇ ਐਲਸੀਡੀ ਕਿੱਥੇ ਲਾਤੀ ਜੇ ਸਟੈਂਡ ਲੱਗਾ ਉੱਥੇ? ਕੱਲਾ ਚੋਰੀ ਹੋ ਗਈ। ਉਹ ਕਿੱਦਾਂ? ਤੈਨੂੰ ਮੈਂ ਕਿਹਾ ਸੀ ਨਾ ਮੈਨੂੰ ਦੇ ਦੇ। ਚਲੋ ਅੱਲਾ ਖੈਰ ਕਰੇ, ਚੋਰੀ ਹੋ ਗਈ ਆਫਿਸ ਤੇ। ਮਾਸ਼ਾਅੱਲਾ ਮਲਕ ਤੂੰ ਪਿਆਰਾ ਬਣਾਇਆ। ਮਲਕ ਸਾਹਿਬ ਠੀਕ ਆ, ਫਿਰ ਸਾਨੂੰ ਦੋ ਇਜਾਜ਼ਤ, ਅਸੀਂ ਹੁਣ ਜਾ ਰਹੇ ਹਾਂ ਘਰ ਨੂੰ। ਅੱਛਾ ਜੀ, ਘਰ ਅਸੀਂ ਆ ਗਏ ਹਾਂ, ਸਰਦੀ ਬੜੀ ਆ ਇੱਥੇ। ਵਲੋਗ ਦਾ ਕਰਦੇ ਹਾਂ ਐਂਡ, ਵਲੋਗ ਅੱਛਾ ਲੱਗਾ ਹੋਵੇ ਲਾਈਕ ਕਰੋ, ਸਬਸਕ੍ਰਾਈਬ ਕਰੋ, ਕਮੈਂਟ ਕਰੋ, ਵਲੋਗ ਨੂੰ ਅੱਗੇ ਸ਼ੇਅਰ ਕਰੋ, ਵਲੋਗ ਪੂਰਾ ਦੇਖੋ। ਅੱਲਾ ਹਾਫਿਜ਼।